ਰਾਉ ਸਤਿ ਸ਼੍ਰੀ ਅਕਾਲ ਮੈਂ ਵਰਗੜ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਦੇ ਵਿੱਚੋਂ ਮੱਕੀ ਫਸਲ ਇੱਕ ਟਾਈਮ ਸੀਗਾ ਜਦੋਂ ਮੱਕੀ ਨੂੰ ਪ੍ਰਮੋਟ ਕਰਨ ਦੇ ਲਈ ਸਰਕਾਰ ਵੱਲੋਂ 3000 ਸਬਸਿਡੀ ਵੀ ਰੱਖੀ ਗਈ ਸੀ ਪਰ ਮੱਕੀ ਬਹੁਤੇ ਕਿਸਾਨਾਂ ਨੇ ਕੰਨਾਂ ਨੂੰ ਹੱਥ ਲਾ ਕੇ ਪਿੱਠ ਕਰ ਲਈ ਸੀ ਕਿ ਅਸੀਂ ਨਹੀਂ ਲਾਉਣੀ ਹੈਗੀ ਪਰ ਅੱਜ ਜਿਹੜਾ ਇਸ ਵਾਰ ਕਣਕਾਂ ਥੋੜੀਆਂ ਪਹਿਲੀਆਂ ਕਟਾਈ ਹੋ ਗਈਆਂ ਕਣਕਾਂ ਦੇ ਝਾੜ ਘਟੇ ਐ ਤੇ ਕਿਸਾਨਾਂ ਨੂੰ ਲੱਗਦਾ ਸੀ ਕਿ ਤੀਜੀ ਫਸਲ ਆਪਾਂ ਮੱਕੀ ਦੀ ਲੈ ਲਗੇ ਘਰ ਲਈ ਸਾਈਲੇਜ ਬਣਾ ਲਾਂਗੇ ਜਾਂ ਸਾਈਲੇਜ ਡੇਰਿੰਗਾਂ ਨੂੰ ਦੇ ਦੇਾਂਗੇ ਜਾਂ ਸਾਈਲੇਜ ਪੈਕ ਕਰਾ ਕੇ ਰੱਖ ਲਾਂਗੇ ਤ ਮੱਕੀ ਦੀ ਕਿਸਮ ਕਿਸਮਾ ਬਹੁਤ ਜ਼ਿਆਦਾ ਵਿਕੀਆਂ ਮਾਰਖੀਰ ਦੇ ਵਿੱਚ ਲੱਗੀਆਂ ਹਰ ਪਿੰਡ ਦੇ ਵਿੱਚ ਕੋਈ 2000 ਕਿੱਲਾ 1500 ਕਿੱਲਾ 1000 ਕਿੱਲਾ ਲੱਗਿਆ ਹੀ ਹੈਗਾ ਕਿਸਾਨਾਂ ਨੇ ਲਾਇਆ ਹੈਗਾ ਪਰ ਬਹੁਤੇ ਕਿਸਾਨ ਨਵੇਂ ਆ ਜਿਵੇਂ ਜਿਵੇਂ ਆਪਾਂ ਕ੍ਰੌਪ ਪ੍ਰੈਕਟਿਸ ਕਰਦੇ ਜਾਂਦੇ ਆ ਵਾਰੀ ਵਾਰੀ ਇੱਕ ਫਸਲ ਨੂੰ ਲੈਂਦੇ ਜਾਂਦੇ ਆ ਤਾਂ ਉਹਦੀਆਂ ਬਰੀਕੀਆਂ ਆਪਾਂ ਨੂੰ ਸਮਝਾਉਂਦੇ ਜਾਂਦੀਆਂ ਪਰ ਕੋਸ਼ਿਸ਼ ਕਰਦੇ ਹੁੰਨੇ ਆ ਵੀ ਆਪਾਂ ਤੁਹਾਨੂੰ ਇੱਕ ਅਜਿਹੇ ਕਿਸਾਨਾਂ ਦੇ ਨਾਲ ਮਲਾਈਏ ਜਿਹੜੇ ਉਹ ਕੰਮ ਪਹਿਲਾਂ ਤੋਂ ਕਰ ਰਹੇ ਆ ਤੁਹਾਡੇ ਖਰਚੇ ਵਚਨ ਤੁਹਾਡਾ ਸਮਾਂ ਬਚੇ ਤੁਹਾਡੇ ਜਿਹੜਾ ਮੈਨੇਜਮੈਂਟ ਕਰਨਾ ਸੌਖਾ ਹੋ ਜਾਵੇ ਮੱਕੀ ਦੀ ਫਸਲ ਵਿੱਚ ਜਿਹੜਾ ਜੂਰੀਆ ਪੂਰਾ ਕਰਨਾ ਕਿੰਨਾ ਜੂਰੀਆ ਪਾਉਣਾ ਉਸ ਦੇ ਮਤਲਬਕ ਇਹ ਮੈਂ ਵੀਡੀਓ ਬਣਾ ਰਿਹਾ ਕਿ ਬਹੁਤੇ ਕਿਸਾਨ ਕੀ ਕਰਦੇ ਆ ਜਿਨ੍ਹਾਂ ਦੇ ਹੱਥ ਨੂੰ ਜੂਰੀਆ ਲੱਗਿਆ ਹੋਇਆ ਝੋਨੇ ਨੂੰ 4 ਗੱਟੇ ਕਣਕ ਨੂੰ 3 ਗੱਟੇ ਤੇ ਮੱਕੀ ਨੂੰ ਵੀ ਉਹ ਐਸੇ ਤਰੀਕੇ ਨਾਲ ਝੋਨਾ ਹੀ ਬਣਾ ਰੱਖਿਆ ਹੈਗਾ ਪਾਣੀ ਚੋਣੇ ਤੋਂ ਵੱਧ ਲੈਂਦੀ ਹੈ ਕੋਈ ਸ਼ੱਕ ਨਹੀਂ ਇਹਦੇ ਵਿੱਚ ਜੇਕਰ ਬਰਸਾਤਾਂ ਨਹੀਂ ਹੁੰਦੀਆਂ ਜਾਂ ਸਮੇਂ ਸਿਰ ਜਾਂ ਮੌਸਮ ਬੱਦਲਵਾਈ ਵਾਲਾ ਜਾਂ ਠੰਡਾ ਮੌਸਮ ਨਹੀਂ ਰਹਿੰਦਾ ਖੁਸ਼ਕ ਮੌਸਮ ਵਿੱਚ ਮੱਕੀ ਬਹੁਤ ਜ਼ਿਆਦਾ ਪਾਣੀ ਲੈਂਦੀ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਪਰ ਮੱਕੀ ਨੇ ਉਹਨਾਂ ਯੂਰੀਆ ਨਹੀਂ ਲੈਣਾ ਜਿੰਨਾ ਤੁਹਾਡਾ ਝੋਨਾ ਲੈਂਦਾ ਜਾਂ ਤੁਹਾਡਾ ਕੋਈ ਹੋਰ ਫਸਲ ਲੈਂਦੀ ਹੈ ਤਾਂ ਮੱਕੀ ਨੂੰ ਯੂਰੀਆ ਪੂਰਾ ਕਰਨ ਲਈ ਤੁਸੀਂ 4 ਤੋਂ 5 ਸ਼ਿਫਟਾਂ ਅੱਧੇ-ਅੱਧੇ ਗੱਟੇ ਦੀਆਂ ਬੇਸਲ ਰੋਜ ਦੇ ਸਕਦੇ ਹੋ ਠੀਕ ਹੈ ਮਤਲਬ ਕਿ 2.5 ਗੱਟਾਂ ਤੇ ਕੇ ਜਾ ਕੇ ਕੰਮ ਖੜ ਜਾਂਦਾ 2 ਗੱਟਾਂ ਤੇ ਵੀ ਕਈ ਡਾਕਰ ਜ਼ਮੀਨਾਂ ਚੰਗੇ ਪਾਣੀ ਦੇ ਵਿੱਚ ਜਿਹੜੇ ਫਾਰਮਰ ਦਾ ਤਜਰਬਾ ਹੈਗਾ ਯੂਨੀਵਰਸਿਟੀ ਤਾਂ ਕਹਿੰਦੀ ਹੈ ਵੀ ਤੁਸੀਂ ਸਪਰੇ ਹਾਂ ਕਰੋ ਜਾਂ ਤੁਸੀਂ ਇਹਨੂੰ ਖਾ ਲੀਆਂ ਦੇ ਵਿੱਚ ਦਿਓ ਯੂਰੀਆ ਪਰ ਫਾਰਮਰ ਦਾ ਤਜਰਬਾ ਇਹ ਹੈਗਾ ਕਿ ਤੁਸੀਂ ਅੱਧਾ ਗੱਟਾ ਯੂਰੀਆ ਨਵਾਂ ਗੱਟਾ ਹੋਣਾ ਚਾਹੀਦਾ ਅੱਧਾ ਗੱਟਾ ਯੂਰੀਆ ਲਓ ਉਹਨੂੰ ਦੂਰਾ ਬੰਨੋ ਉੱਪਰਲੇ ਪਾਸਿਓ ਤੇ ਖਾਲ ਦੇ ਵਿੱਚ ਰੱਖ ਦਿਓ ਜੇ ਮੋਟਾ ਯੂਰੀਆ ਤਾਂ ਉਹ ਹੋਰ ਵੀ ਹਲਕੇ ਤਰੀਕੇ ਦੇ ਨਾਲ ਖੁਰੇਗਾ ਜਦੋਂ ਉਹ ਪਾਣੀ ਚੱਲਦਾ ਜਾਂਦਾ ਤਾਂ ਉਹ ਪਾਣੀ ਦੇ ਨਾਲ ਖੁਰ ਕੇ ਖੇਤ ਦੇ ਵਿੱਚ ਜਾਂਦਾ ਉਹਦੇ ਨਾਲ ਮੱਕੀ ਦੇ ਯੂਰੀਆ ਦਾ ਅਸਰ ਵੀ ਵੱਧ ਹੁੰਦਾ ਯੂਟਿਲਾਈਜੇਸ਼ਨ ਵੀ ਹੁੰਦਾ ਹਾਂ ਜਿੱਥੇ ਦਰਮਿਆਨੀਆਂ ਜ਼ਮੀਨਾਂ ਜਿੱਥੇ ਹਲਕੀਆਂ ਜ਼ਮੀਨਾਂ ਜਿੱਥੇ ਪਾਣੀ ਖੜਦਾ ਨਹੀਂ ਹੈਗਾ ਜ਼ਮੀਨਾਂ ਦੇ ਵਿੱਚ ਜਾਂ ਆਰਗੈਨਿਕ ਮਾਦਾ ਜੈਵਿਕ ਮਾਦਾ ਘੱਟ ਹੈ ਤਾਂ ਉਹਨਾਂ ਮਿੱਟੀਆਂ ਦੇ ਪਾਣੀ ਨੂੰ ਫੜਨ ਦੀ ਸਮਰੱਥਾ ਫੜ ਕੇ ਰੱਖਣ ਦੀ ਸਮੱਸਿਆ ਸਮਰੱਥਾ ਨਹੀਂ ਹੁੰਦੀ ਨਹੀਂ ਇਹਦੇ ਸਮੱਸਿਆ ਉੱਥੇ ਬਣ ਜਾਂਦੀ ਹੈ ਤਾਂ ਉੱਥੇ ਮੱਕੀ ਪਾਣੀ ਜ਼ਿਆਦਾ ਮੰਗਦੀ ਐ ਸਿਕਰੀ ਜ਼ਿਆਦਾ ਆਉਂਦੀ ਐ ਜਾਂ ਭਾਰੇ ਪਾਣੀ ਲੱਗਦੇ ਆ ਤਾਂ ਬੈਡ ਕਲੜੇ ਹੋ ਜਾਂਦੇ ਗੜਾਈ ਕਰਨੀ ਪੈਂਦੀ ਐ ਮੱਕੀ ਦੀ ਗ੍ਰੋਥ ਰੁਕ ਜਾਂਦੀ ਐ ਜਿੱਥੇ ਬੈਡਾਂ ਤੇ ਪਾਣੀ ਨਹੀਂ ਚੜਿਆ ਉੱਥੇ ਮੱਕੀ ਪੂਰੀ ਪਰਫੁੱਲਤ ਹੁੰਦੀ ਐ ਯੂਰੀਆ ਯੂਟਿਲਾਈਜੇਸ਼ਨ ਨਹੀਂ ਹੁੰਦਾ ਉੱਥੇ ਨੈਨੋ ਯੂਰੀਆ ਬਣਿਆ ਹੈਗਾ ਤੁਹਾਨੂੰ ਮੈਂ ਇੱਕ ਥੋੜਾ ਜਿਹਾ ਇਹਦੇ ਵਿੱਚ ਇਹ ਵੀ ਐਕਸਪਲੇਨ ਕਰ ਦਿਆ ਕਿ ਨੈਨੋ ਯੂਰੀਆ ਤੇ ਦਾਣੇਦਾਰ ਯੂਰੀਆ ਦੇ ਵਿੱਚ ਫਰਕ ਕੀ ਐ ਦੋਨਾਂ ਦੇ ਵਿੱਚ ਪਲਾਂਟ ਨੇ ਤਾਂ ਯੂਰੀਆ ਹੀ ਲੈਣਾ ਆ ਨਾਈਟrogen ਹੀ ਲੈਣੀ ਹੈ ਨਾਈਟrogen ਦੀ ਪੂਰਤੀ ਹੋਣੀ ਹੈ ਕੋਈ ਜਿੰਕ ਪੋਟਾਸ਼ ਸੁਪਰ ਕੁਛ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਤੱਤ ਪਲਾਂਟ ਦੇ ਕੋਲੇ ਹੋਰ ਪਹੁੰਚਣ ਵਾਲਾ ਨਹੀਂ ਹੈਗਾ ਇਹਦਾ ਸਪਰੇਅ ਦੇ ਵਿੱਚ ਆਪਾਂ ਜੇਕਰ ਮੋਟਾ ਯੂਰੀਆ ਜਾਂ ਬਰੀਕ ਯੂਰੀਆ ਵਰਤਦੇ ਹਾਂ ਤਾਂ ਉਹ ਉਹਦੇ ਜਿਹੜੇ ਨਾਈਟrogen ਦੇ ਜਿਹੜੇ ਆਸੇ ਪਾਸੇ ਇਹ ਹੋਰ ਲੱਗਿਆ ਹੋਇਆ ਮਟੀਰੀਅਲ ਲੱਗਿਆ ਹੋਇਆ ਅ ਅਮੋਨੀਆ ਲੱਗਿਆ ਹੋਇਆ ਤਾਂ ਉਹਨ ਟੁੱਟ ਕੇ ਪਲਾ ਪਾਣੀ ਵਿੱਚ ਤੇ ਉਸ ਤੋਂ ਬਾਅਦ ਪਲਾਂਟ ਦੇ ਉੱਪਰ ਜਾਣਾ ਤਾਂ ਉਹ ਪਲਾਂਟ ਦੇ ਵਿੱਚ ਰਚੰਦੇ ਵਿੱਚ ਵੀ ਟਾਈਮ ਲੱਗਦਾ ਪਲਾਂਟ ਦੇ ਵਿੱਚ ਜਾਣ ਤੋਂ ਬਾਅਦ ਘੁੰਮਣ ਦੇ ਵਿੱਚ ਵੀ ਟਾਈਮ ਲੱਗਦਾ ਤੇ ਜਿਹੜੀ ਨਾਈਟ੍ਰੋਜਨ ਆ ਉਹਦੀ ਪੂਰੀ ਐਫੀਸ਼ੀਐਂਸੀ ਨਹੀਂ ਬਣਦੀ ਹੈਗੀ ਕਿ ਬੂਟੇ ਦੇ ਤੇ ਜਾ ਕੇ ਜਿਆਦਾ ਲੰਬਾ ਰਿਜ਼ਲਟ ਦੇ ਸਕੇ ਜਿਆਦਾ ੜੋਜ ਪਾਉਣਿਆਂ ਤਾਂ ਬੂਟੇ ਮੱਚ ਜਾਂਦੇ ਆ ਇਹਦਾ ਨੈਨੋ ਯੂਰੀਆ ਨੈਨੋ ਯੂਰੀਆ ਇਹ ਆ ਕਿ ਉਹ ਬਹੁਤ ਨੈਨੋ ਟੈਕਨੋਲੋਜੀ ਨਾਲ ਬਣਿਆ ਹੋਇਆ ਪਲਾਂਟ ਦੇ ਅੰਦਰ ਤੱਕ ਚਲਾ ਜਾਂਦਾ ਤੇ ਲੰਮਾ ਟਾਈਮ ਪਲਾਂਟ ਦੇ ਵਿੱਚ ਸਟੋਰ ਵੀ ਰਹਿੰਦਾ ਤੇ ਪਲਾਂਟ ਦੇ ਵਿੱਚ ਰੈਗੂਲਾਈਜ਼ ਵੀ ਹੁੰਦਾ ਰਹਿੰਦਾ ਮਤਲਬ ਕਿ ਤੁਸੀਂ ਜੇਕਰ ਮੱਕੀ ਦੀ ਫਸਲ ਨੂੰ ਜਿਹੜਾ ਨਾਈਟ੍ਰੋਜਨ ਦਿੰਨੇ ਹੋ ਯੂਰੀਆ ਦੇਣ ਦਾ ਆਪਣਾ ਕੰਮ ਹੀ ਇਹ ਹੈ ਕਿ ਉਹਦੀ ਪ੍ਰੋਟੀਨ ਪੂਰੀ ਹੋਵੇ ਪ੍ਰੋਟੀਨ ਬਣਦੀ ਹੈ ਯੂਰੀਆ ਤੋਂ ਤੇ ਬੂਟੇ ਦਾ ਜਿਹੜਾ ਹੈਗਾ ਜੁੱਸਾ ਬਣਦਾ ਹੈਗਾ ਰੰਗ ਬਣਦਾ ਹੈਗਾ ਤੇ ਜੜਾਂ ਦਾ ਵਿਕਾਸ ਹੁੰਦਾ ਹਰ ਬੂਟੇ ਦੇ ਹਰ ਪੌਦੇ ਦਾ ਹਿੱਸੇ ਦਾ ਵਿਕਾਸ ਹੁੰਦਾ ਪਰ ਜਦੋਂ ਬੇਲੋੜਾ ਦਿੱਤਾ ਗਿਆ ਬੇ ਟਾਈਮਾਂ ਦਿੱਤਾ ਗਿਆ ਤੇ ਟੁੱਟਮਾਂ ਦਿੱਤਾ ਗਿਆ ਜੇ ਮੰਨ ਲਓ ਆਪਣੀ ਤਿੰਨ ਰੋਟੀਆਂ ਦੀ ਖਰਾਕ ਆ ਤੇ ਆਪਾਂ ਉਹ 2 ਘੰਟਿਆਂ ਦੇ ਵਿੱਚ ਖਾਣੀਆਂ ਸ਼ੁਰੂ ਕਰ ਗਏ ਦੋ ਘੰਟਾ ਦੇ ਵਿੱਚ ਅੰਦਰ ਰੋਟੀਆਂ ਖਾਣਗਾ ਵੈਸੇ ਆਪਣਾ ਉਹ 5 ਮਿੰਟ ਦਾ ਕੰਮ ਤਾਂ ਆਪਣੀ ਭੁੱਖ ਉਨੀ ਸੰਤੋਸ਼ਟ ਨਹੀਂ ਹੋਵੇਗੀ ਜਿਹੜਾ ਉਹਨੇ ਕੰਮ ਕਰਨਾ ਉਹ ਵੀ ਉਸ ਤਰੀਕੇ ਦਾ ਰਿਜ਼ਲਟ ਨਹੀਂ ਵਧੀਆ ਆਵੇਗਾ ਆਪਾਂ ਡਿਸਟਰਬ ਹੋਵਾਂਗੇ ਇਸੇ ਤਰੀਕੇ ਨਾਲ ਫਸਲ ਆ ਜੇਕਰ ਉਹ ਤੋਂ ਜਦੋਂ ਜੂਰੀਆ ਦੀ ਘਾਟ ਆ ਗਈ ਜੂਰੀਆ ਪਾਤਾ ਘਾਟਾ ਦੀ ਜੂਰੀਆ ਪਾਤਾ ਤਾਂ ਉਹਦੇ ਨਾਲ ਟੁੱਟਮਾ ਬੈਲੈਂਸ ਬਣਦਾ ਹੈਗਾ ਮੱਕੀ ਦੀ ਫਸਲ ਦੇ ਵਿੱਚ ਪਹਿਲੇ ਤੁਸੀਂ 30 ਤੋਂ 35 ਦਿਨਾਂ 40 ਦਿਨਾਂ ਤੱਕ ਵੀ ਤੁਸੀਂ ਜੂਰੀਆ ਜਿਹੜਾ ਦੇ ਸਕਦੇ ਹੈਗੇ ਉਹ ਪਰ ਕਦੇ ਵੀ ਹੈਵੀ ਡੋਜ਼ ਨਹੀਂ ਦੇਣੀ ਕਿਉਂਕਿ ਗਰਮੀਆਂ ਦੀ ਫਸਲ ਆ ਇੱਕਦਮ ਜ਼ੂਰੀਆ ਜਿਆਦਾ ਮਾਤਰਾ ਵਿੱਚ ਦਿੱਤਾ ਗਿਆ 플ਾਂਟ ਦੇ ਵਿੱਚ ਓਵਰ ਸੈਪ ਬਣਿਆ ਓਵਰ ਕਲੋਰੋਫਿਲ ਬਣੀ ਡ్రਾਈ এনਵਾਇਰਨਮੈਂਟ ਦੇ ਵਿੱਚ ਖੁਸ਼ਕ ਮੌਸਮ ਦੇ ਵਿੱਚ ਸੰਡੀ ਦਾ ਹਮਲਾ ਜਿਆਦਾ ਹੁੰਦਾ ਫਾਲ ਆਰਮੀ ਵਾਰਮਾ ਜਾਂ ਸਪੋਟਡ ਵਾਰਮਾ ਜਾਂ ਜਿਹੜਾ ਵੀ ਇਹ ਤੇ ਕੀੜਾ ਆਇਆ ਹੈਗਾ ਉਹਨੂੰ ਤੁਸੀਂ ਕੰਟਰੋਲ ਕਰਨ ਲਈ ਹਮੇਸ਼ਾ ਸਵੇਰ ਦੇ ਸਮੇਂ ਸਪਰੇਅ ਕਰਨ ਦੀ ਵਰਤੋਂ ਕਰਨੀ ਹੈ ਬਹੁਤੇ ਫਾਰਮਰ ਵੱਡੇ ਢੋਲਨਾ ਕਰਦੇ ਆ 15 15 ਫੁੱਟ ਡਰਮ ਦੀਆਂ ਪਾਈਪਾਂ ਜਿਹੜੀਆਂ ਦੋਨੇ ਸਾਈਡਾਂ ਤੇ ਚੱਲਦੀਆਂ ਹੈਗੀਆਂ ਉਹਦੀ ਵਰਤੋਂ ਕਰਦੇ ਆ ਸ਼ਾਮ ਦੇ ਸਮੇਂ ਸਪਰੇਅ ਕਰਦਾ ਜਿਹੜੀ ਕਿ ਗਲਤ ਆ ਆਪਾਂ ਗੋਭ ਦੇ ਵਿੱਚ ਸਪਰੇਅ ਪਾਉਣੀ ਹੁੰਦੀ ਆ ਤੇ ਸਵੇਰ ਦੇ ਸਮੇਂ ਕਰੋ ਕਿ ਬੂਟਾ ਜਿਹੜਾ ਹੈਗਾ ਉਹ ਗੁੱਡ ਮੂਡ ਦੇ ਵਿੱਚ ਹੁੰਦਾ ਰਿਲੈਕਸ ਹੁੰਦਾਗਾ ਸ਼ਾਮ ਦੇ ਸਮੇਂ ਕਈ ਵਾਰੀ ਸਵੇਰ ਦੀ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਧੁੱਪ ਪਈ ਹੈ ਗਰਮੀ ਪਈ ਹੈ ਉਹਦੇ ਕਰਕੇ ਬੂਟਾ ਜਿਹੜਾ ਸਟ्रेस ਦੇ ਵਿੱਚ ਆਇਆ ਹੁੰਦਾ ਸ਼ਾਮ ਨੂੰ ਉਹ ਉਸ ਤਰੀਕੇ ਦੇ ਨਾਲ ਸਪਰੇਅ ਨੂੰ ਓਬਜ਼ਰਵ ਨਹੀਂ ਕਰ ਪਾਉਂਦਾ ਹੈਂਡਲ ਨਹੀਂ ਕਰ ਪਾਉਂਦਾ ਸਪਰੇਅ ਹਾਂ ਦੇ ਵਿੱਚ ਜਦੋਂ ਕਿਉਂਕਿ ਹੁਣ ਪਿਛਲੇ 2-4 ਦਿਨਾਂ ਦੇ ਵਿੱਚ ਬਰਸਾਤਾਂ ਹੋਈਆਂ ਗੜੇਮਾਰੀ ਵੀ ਹੋਈ ਹੈ ਤੇ ਨੁਕਸਾਨ ਵੀ ਹੋਇਆ ਹੋਰ ਫਸਲਾਂ ਦੇ ਵਿੱਚ ਪਰ ਮੱਕੀ ਦੀ ਫਸਲ ਵਾਸਤੇ ਮੌਸਮ ਜਿਹੜਾ ਬਣਿਆ ਇਹ ਚੰਗਾ ਹੈਗਾ ਜਾਂ ਪਨੀਰੀਆਂ ਲੱਗੀਆਂ ਹੋਈਆਂ ਉਹਨਾਂ ਦੇ ਵਾਸਤੇ ਚੰਗਾ ਮੌਸਮ ਆਇਆ ਤਾਂ ਜਿਹੜੀ ਵੀ ਤੁਸੀਂ ਗ੍ਰੋਥ ਪ੍ਰੋਮੋਟਰ ਕਰਨਾ ਕੋਈ ਵੀ ਉਹ ਵੀ ਕਰ ਸਕਦੇ ਹੋ ਜੋ ਵੀ ਤੁਹਾਡੀ ਖੇਤ ਦੇ ਵਿੱਚ ਸੁੰਡੀ ਚੱਲ ਰਹੀ ਆ ਉਹਨੂੰ ਕੰਟਰੋਲ ਕਰਨ ਲਈ ਸਹੀ ਸਮਾਂ ਚੱਲ ਕੇ ਸਵੇਰ ਦੇ ਸਮੇਂ ਮੋਟੀਆਂ ਬੂੰਦਾਂ ਵਾਲੀਆਂ ਢੋਲੀਆਂ ਜਿਵੇਂ ਆਪਣੀ ਬੈਂਡਰੀ ਵਾਲੇ ਪੰਪ ਹੁੰਦੇ ਆ ਜਾਂ ਹੈਂਡ ਪੰਪ ਹੁੰਦੇ ਆ ਉਹਨਾਂ ਦੀ ਵਰਤੋਂ ਕਰਕੇ ਆਪਾਂ ਕੋਈ ਵੀ ਸਪਰੇਅ ਕਰਦੇ ਆ ਫੈਨਫੋਤਰੇਨ ਕਰਦੇ ਆ ਡੈਲਟਾ ਮੈਥਰ ਕਰਦੇ ਆ ਜਾਂ ਪ੍ਰੋਫੈਨੋਸਾਈਪਰ ਵੀ ਹੁਣ ਤਾਂ ਕੰਮ ਕਰੂਗੀ ਜਾਂ ਆਪਾਂ ਸਪਾਇਨਟੋਰਮ ਕਰਦੇ ਆ ਉਹਦੇ ਨਾਲ ਉਹਦੇ ਰਿਜ਼ਲਟ ਵੀ ਵਧੀਆ ਆ ਰਹੇ ਆ ਜਾਂ ਤੁਸੀਂ ਪ੍ਰੋਕਲੇਮ ਕਰੋਗੇ ਠੰਡੇ ਰਿਜ਼ਲਟ ਜਦੋਂ ਹੁੰਦੇ ਠੰਡੇ ਮੌਸਮ ਦੇ ਵਿੱਚ ਰਿਜ਼ਲਟ ਉਹਦੇ ਬਹੁਤ ਸੋਹਣੇ ਆ ਪਰ ਗਰਮੀ ਦੇ ਵਿੱਚ ਕਿਸੇ ਸਪਰੇ ਦਾ ਰਿਜ਼ਲਟ ਨਹੀਂ ਆਉਂਦਾ ਜਿਹੜੇ ਕਿਸਾਨਾਂ ਨੇ ਚਾਰ-ਚਾਰ ਸਪਰੇਅ ਹਾਂ ਇਸ ਤੋਂ ਪਹਿਲਾਂ ਕਰਤੀਆਂ ਉਹਨਾਂ ਦੇ ਇੱਕ ਨਵਾਂ ਕੀੜਾ ਦਿਖਾਈ ਦੇ ਰਿਹਾ ਕਿ ਉਹ ਟਾਂਡੇ ਦੇ ਨਿਚਲੇ ਪਾਸਿਓਂ ਸ਼ੁਰੂ ਹੁੰਦਾ ਤੇ ਉੱਪਰ ਤੱਕ ਜਾਂਦਾ ਸਾਰੀ ਗੋਭ ਖਤਮ ਕਰ ਦਿੰਦਾ ਤੇ ਉਹ ਉਹਨੂੰ ਕੰਟਰੋਲ ਕਰਨ ਦੇ ਲਈ ਵੀ ਤੁਸੀਂ ਨਾਰਮਲ ਸਪਰੇਹਾਂ ਹੀ ਵਰਤੋ ਕਰਨਾ ਕੋਈ ਵੀ ਦਾਣੇਦਾਰ ਜਿਹੜੀ ਇਨਸੈਕਟੀਸਾਈਡ ਆਉਂਦੇ ਉਹਨੂੰ ਥੱਲੇ ਨਹੀਂ ਪਾਉਣਾ ਕੋਈ ਵੀ ਪਕਾਰ ਟਾਈਪ ਆਉਂਦਾ ਹੋਰ ਕਈ ਤਰ੍ਹਾਂ ਦੀਆਂ ਸਪਰੇਹਾਂ ਆਉਣੀਆਂ ਉਹਨੂੰ ਨੀਚੇ ਨਾ ਪਾਓ ਉਹ ਤੁਹਾਡੇ ਪਸ਼ੂਆਂ ਦੇ ਅਚਾਰ ਦੇ ਵਿੱਚ ਅੱਗੇ ਜਾਣਾ ਤੁਹਾਡਾ ਅਚਾਰ ਆ ਜਿਹੜਾ ਉਹ ਖੁਰਾਕ ਬਣਨੀ ਹੈ ਕਿ ਖੁਰਾਕ ਦੇ ਵਿੱਚ ਕੰਟੇਮੀਨੇਟ ਹੁੰਦਾ ਤਾਂ ਤੁਹਾਡੇ ਪਸ਼ੂਆਂ ਦੇ ਲਈ ਉਹ ਬਹੁਤ ਜ਼ਿਆਦਾ ਖਤਰਨਾਕ ਆ ਸੋ ਇਹ ਇਹਨੀ ਜਾਣਕਾਰੀਆਂ ਤੁਹਾਡਾਂ ਨਾਲ ਸਾਂਝੀਆਂ ਕਰਨੀਆਂ ਸੀ ਇੱਕ ਹੋਰ ਜਿਹੜੇ ਕਿਸਾਨ ਨਵੇਂ ਆ ਤਾਂ ਜੂਰੀਆ ਪਾਉਂਦਾ ਇੱਕ ਹੋਰ ਵਧੀਆ ਢੰਗ ਹੈਗਾ ਕਿ ਜੇਕਰ ਤੁਸੀਂ ਬਰੀਕ ਜੂਰੀਆ ਪਾ ਰਹੇ ਹੋ ਤੁਹਾਡੇ ਖੇਤ ਦੇ ਵਿੱਚ ਚਿੜੀ ਟੋਬਾ ਪਾਣੀ ਹੈ ਕਿਤੇ ਕੋਈ ਪਾਣੀ ਖੜਾ ਕਿਤੇ ਸੁੱਕਾ ਕਿਤੇ ਪਾਣੀ ਕਿਤੇ ਖੜਾ ਕਿਤੇ ਨਹੀਂ ਹੈਗਾ ਤਾਂ ਉਸ ਅਵਸਥਾ ਦੇ ਵਿੱਚ ਸ਼ਾਮ ਦੇ ਸਮੇਂ ਤੁਸੀਂ ਅੱਧਾ ਘੱਟਾ ਜੂਰੀਆ ਜਿਹੜਾ ਖਾਲੀਆਂ ਬਣੀਆਂ ਹੋਈਆਂ ਤਾਂ ਖਾਲੀਆਂ ਦੇ ਵਿੱਚ ਖਿਲਾਰ ਸਕਦੇ ਹੋ ਪਰ ਕੁਝ ਕਿਸਾਨਾਂ ਦੇ ਇਸ ਤਰ੍ਹਾਂ ਦੇ ਵੀ ਰੁਝਾਨ ਆਏ ਆ ਕਿ ਉਹਨਾਂ ਨੇ ਬੂਟਿਆਂ ਦੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ ਬਰੀਕ ਜੂਰੀਆ ਜਾਂ ਮੋਟਾ ਜੂਰੀਆ ਬੂਟਿਆਂ ਦੀਆਂ ਗੋਭਾਂ ਦੇ ਵਿੱਚ ਪੈ ਗਿਆ ਤੇ ਜਦੋਂ ਅਗਲੇ ਦਿਨ ਧੁੱਪ ਨਿਕਲੀ ਤੇ ਉਹ ਬੂਟਿਆਂ ਦੀਆਂ ਗੋਭਾਂ ਜਲ ਗਈਆਂ ਜਾਂ ਸੁੱਕ ਗਈਆਂ ਇਸ ਤਰ੍ਹਾਂ ਦੀ ਸਮੱਸਿਆ ਆਈ ਹੈ ਇਹ ਗਲਤ ਰੋਂਗ ਪ੍ਰੈਕਟਿਸ ਨੂੰ ਨਾਂ ਵਰਤਿਆ ਜਾਵੇ ਕਿਉਂਕਿ ਫਸਲ ਮੱਕੀ ਦੀ ਤਿਆਰ ਹੋ ਰਹੀ ਹੈ ਪੈਸੇ ਆਪਾਂ ਜ਼ਰੂਰ ਕਮਾਉਣੇ ਆ ਉਤੋਂ ਪਰ ਇੱਕ ਖੁਰਾਕ ਦੇ ਤੌਰ ਤੇ ਤਿਆਰ ਹੋਣੀ ਹੈ ਉਹ ਪਸ਼ੂਆਂ ਨੇ ਲੈਣੀ ਆ ਉਹਨਾਂ ਪਸ਼ੂਆਂ ਦਾ ਮਾਰਕੀਟ ਦੇ ਵਿੱਚ ਦੁੱਧ ਜਾਣਾ ਹੈਗਾ ਸੋ ਇਸ ਚੀਜ਼ ਇਹ ਇਹ ਪੂਰੀ ਪ੍ਰਕਿਰਿਆ ਨੂੰ ਆਪਾਂ ਗਲਤ ਤਰੀਕੇ ਦੇ ਨਾਲ ਪ੍ਰਭਾਵਿਤ ਨਾ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਅਚਾਰ ਕਿਵੇਂ ਪਾਉਣਾ ਕਿੰਨੀ ਜਗ੍ਹਾ ਦਾ ਅਚਾਰ ਕਿੰਨੇ ਇਸ ਤੋਏ ਵਿੱਚ ਪਵੇਗਾ ਕਿਸ ਤਰ੍ਹਾਂ ਪਵੇਗਾ ਜੇ ਮੀਂਹ ਪੈ ਰਿਹਾ ਕਿਵੇਂ ਆਪਾਂ ਉਹਦੀ ਲੜਾਈ ਕਰਨੀ ਹੈ ਕਿਸ ਤਰ੍ਹਾਂ ਸਾਰੀ ਰੱਖ ਸਰਖਾ ਦੇ ਮਤਲਕ ਇੱਕ ਆਪਾਂ ਸਪੈਸ਼ਲ ਵੀਡੀਓ ਕਰਾਂਗੇ ਚੈਨਲ ਤੇ ਬਨੇ ਰਹੋ ਤੇ ਕਿਸਾਨਾਂ ਦੇ ਨਾਲ ਜਰੂਰ ਸਾਂਝੀ ਕਰਿਆ ਕਰੋ ਤਾਂ ਕਿ ਤੁਹਾਡੇ ਨਾਲ ਜੁੜੇ ਹੋਏ ਕਿਸਾਨ ਸੋਸ਼ਲ ਮੀਡੀਆ ਤੇ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ